ਤਾਂ ਜੀ ਸਰਦਾਰ ਸਾਹਿਬ ਨੇ ਬੰਨੀ ਆ ਪਗੜੀ ਪਹਿਲੀ। ਅਸੀਂ ਘਰ ਆਉਂਦੇ ਠੀਕ ਹੈ ਅਤੇ ਵੈਲਕਮ ਕਰ ਲਾਂਗੇ ਡੋਲੀ ਦਾ। ਅਸੀਂ ਹੋ ਗਏ ਸਾਨੂੰ ਲੇਟ, ਕੰਗਣ ਗਾਣਾ ਹੋ ਗਿਆ ਤੁਹਾਡੇ ਵਿਆਹ 'ਤੇ, ਤੁਸੀਂ ਕੌਣ ਜਿੱਤਿਆ ਸੀ? ਵੈਲਕਮ ਜੀ, ਸਾਡੇ ਵਿਆਹ ਦੇ ਵਲਾਗ ਦੇ ਦੂਏ ਦਿਨ ਐਡਮਿੰਟਰ ਨੇ ਵਲਾਗ ਦੇ ਨਾ, ਦੇਖੋ ਜੀ ਪਿੱਛੇ ਗਾਹ ਪਏਦਾ ਉਹਨੂੰ ਤੁਸੀਂ ਨਜ਼ਰ ਅੰਦਾਜ਼ ਕਰੋ। ਬਰਾਤ ਜਾਣੀ ਹੈ ਜੀ 9:30 ਵਜੇ, 9 ਵੱਜ ਗਏ ਅਸੀਂ, ਆਪਾਂ ਸਾਰੇ ਅਜੇ ਇਸ ਤਰ੍ਹਾਂ ਬੈਠੇ ਹਾਂ, ਰਾਤੀ ਸੁਣਦੇ ਹੁੰਦੇ 2 ਵੱਜ ਗਏ ਸਨ। ਇਹ ਸੁਦਨ ਸਾਹਿਬ ਦੇ ਹੁਣੇ ਉੱਠੇ ਨੂੰ, ਇਹ ਦੇਖੋ ਮੇਰਾ ਪੁੱਤਰ। ਅਤੇ ਦੱਸਿਆ ਤੁਹਾਨੂੰ ਜੀ, ਹੁਣ ਘਰੋਂ ਨਿਕਲਦੇ ਬਰਾਤ ਦੱਸ ਨਹੀਂ ਸਕਦੇ, ਹੁਣ ਆਪਾਂ ਸਿੱਧਾ ਗੁਰਦੁਆਰੇ ਜਾਵਾਂਗੇ, ਨਾਸ਼ਤਾ ਤਾਂ ਹੋ ਜਾਏਗੀ ਰੈਡੀ, ਅੱਧੇ ਘੰਟੇ ਤੱਕ ਆਪਾਂ ਰੈਡੀ ਹੋ ਜਾਵਾਂਗੇ ਸਾਰੇ, ਅਤੇ ਫਿਰ ਨਿਕਲਦਾ ਫਿਰ ਤੁਹਾਨੂੰ ਦੱਸ ਦਿਆਂ ਜੀ। ਠੀਕ ਹੈ ਜੀ, ਸਾਡੇ ਨਾਲ ਜੁੜੇ ਰਹੋ, ਆਪਾਂ ਤੁਹਾਨੂੰ ਸਾਰਾ ਦੱਸਾਂਗੇ। ਅੱਜ ਜਿਲ੍ਹੇ ਵਿਆਹ ਜਾਣਾ, ਇੱਥੇ ਗੁਰਦੁਆਰਾ ਸਾਹਿਬ ਜਾਣਾ ਸਿੱਧਾ, ਪਹਿਲੇ ਸਾਰਾ ਫੰਕਸ਼ਨ ਗੁਰਦੁਆਰਾ ਸਾਹਿਬ ਹੀ ਹੈ, ਲਾਵਾਂ ਤੋਂ ਬਾਅਦ ਜੋ ਰੋਟੀ ਦਾ ਫੰਕਸ਼ਨ ਹੈ ਉਹ ਵੀ ਗੁਰਦੁਆਰਾ ਸਾਹਿਬ ਹੀ ਹੈ। ਠੀਕ ਹੈ ਜੀ, ਆ ਜਾਓ। ਆਨ ਕਰ ਦਿਆ ਇਸ ਤਰ੍ਹਾਂ ਹੋ ਗਈ ਨਾ ਆਪਾਂ। ਜੀ ਸਰਦਾਰ ਸਾਹਿਬ ਨੇ ਬੰਨੀ ਆ ਪਗੜੀ, ਅੱਜ ਮੈਂ ਬੰਨੀ ਆ ਜੀ, ਪਹਿਲੀ ਵਾਰੀ ਬਣਾਉ ਹੀ ਆ ਬਸ, ਹੈ ਨਾ, ਮੈਂ ਕਦੇ ਕਿਸੇ ਨੂੰ ਪੱਗ ਬੰਨੀ ਨਹੀਂ। ਅਸੀਂ ਵੀ ਰੰਗੇ ਪਹਿਲੀ ਵਾਰ ਪਾਇਆ, ਮੇਰੇ ਪੁੱਤ ਨੂੰ ਪਗੜੀ ਪਹਿਲੇ ਬਣੀ ਆ। ਰਿਆਸ਼ ਕੈਸੀ ਹੈ? ਠੀਕ ਹੈ, ਯਾਰ ਗੁੱਡ 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 ਬੋਲਣ ਦਾ। ਚਲੋ ਜੀ ਆ ਜਾਓ। ਦੇਖੋ ਜੀ, ਆਖਿਰਕਾਰ ਅਸੀਂ ਹੋ ਗਏ ਹਾਂ ਰੈਡੀ, ਕਾਮਯਾਬੀ ਮਿਲ ਗਈ ਹੈ, ਘੰਟਾ ਲੇਟ ਆ ਸਿਰਫ, ਕੋਈ ਗੱਲ ਨਹੀਂ, ਚੱਲਦੇ ਹਾਂ ਜੀ। ਦੇਖੋ ਜੀ, ਪੱਗ ਕੈਸੀ ਲੱਗ ਰਹੀ ਹੈ? ਥੈਂਕ ਯੂ। ਤੂੰ ਪਹਿਲੀ ਠੀਕ ਠੀਕ ਅਤੇ ਮੈਂ ਕਿਹਾ ਜੀ ਪਗੜੀ ਪਹਿਲੀ ਵਾਰ, ਰੰਗ ਪਹਿਲੀ ਵਾਰ ਬਣਿਆ, ਉਹਨਾਂ ਬਰਾਤੀਆਂ ਸਾਰਿਆਂ ਨੂੰ ਇਹ ਰੰਗ ਦਿੱਤਾ, ਮੈਂ ਤਾਂ ਪਹਿਲੇ ਲਾਲ ਪਗੜੀ ਬੰਨੀ ਸੀ, ਮੈਂ ਕਿਹਾ ਚਲੋ ਬੰਨ ਲੈਂਦੇ ਹਾਂ ਜੀ। ਆਪਾਂ ਹੁਣ ਹੋ ਗਿਆ ਰੈਡੀ ਅਤੇ ਹੁਣ ਸਿੱਧਾ ਗੁਰਦੁਆਰਾ ਸਾਹਿਬ ਜਾਵਾਂਗੇ, ਬਰਾਤ 9:30 ਜਾਣੀ ਸੀ ਉਹ ਚਲਾ ਗਈ ਹੈ, ਇਸ ਟਾਈਮ ਕੋਈ 10:15 ਹੋ ਗਏ ਨੇ, ਅਤੇ ਆਪਾਂ ਸਿੱਧਾ ਗੁਰਦੁਆਰਾ ਸਾਹਿਬ ਪੁੱਛਦੇ ਹਾਂ ਅਤੇ ਫਿਰ ਤੁਹਾਨੂੰ ਦੱਸਦੇ ਹਾਂ। ਬੱਚਾ ਪਾਟੀ ਤਾਬੂ, ਮੇਰੀ ਡਾਕਟਰ ਕਹਿੰਦੀ ਕਿ ਕਹੇ ਸੇ ਜਾ ਰਹੀ ਹੈ, ਕਹਿੰਦੀ ਮੈਨੂੰ ਠੰਡ ਲੱਗਦੀ, ਮੈਨੂੰ ਹੁੱਡੀ ਪਾਓ। ਹੋ ਗਿਆ ਜੀ ਸਾਰੇ ਰੈਡੀ, ਹੁਣ ਚੱਲਦੇ ਹਾਂ ਬਸ। ਵਧੀਆ ਜੀ ਗੁਰਦੁਆਰਾ ਸਾਹਿਬ, ਆਹ ਦੇਖੋ ਜੀ ਮੇਰਾ ਨਵਾਂ ਹੀ ਆ ਬੰਨੇ ਦਾ, ਬੱਚੇ ਕਿਉਂਕਿ ਹੋ ਗਿਆ ਕੰਮ ਚੱਲ ਰਿਹਾ ਜੀ, ਚਲੋ ਚੱਲੀਏ ਜੀ, ਲਾਉਣ ਸਟਾਰਟ ਨਾ ਹੋ ਗਈ ਹੁਣ। ਅੰਦਰ ਅਜੇ ਬ੍ਰੇਕਫਾਸਟ ਚੱਲ ਰਿਹਾ, ਆਪਾਂ ਪਹਿਲੇ ਕਰੀਏ ਅਤੇ ਫਿਰ ਅਜੇ ਲਾਵਾਂ ਸਟਾਰਟ ਨਹੀਂ ਹੋਈਆਂ, ਟਾਈਮ ਸਿਰ ਪੁੱਜ ਗਏ, ਘੰਟਾ ਲੇਟ ਆ ਬਸ, ਕੋਈ ਗੱਲ ਨਹੀਂ, ਆ ਜਾਓ ਤੁਹਾਨੂੰ ਤੁਰੰਤ ਅੰਦਰ ਦੱਸਦੇ ਹਾਂ।
ਲਓ ਜੀ ਹੁਣ ਆਪਾਂ ਵੀ ਕਰੀਏ ਸਟਾਰਟ। ਬਾਬੂ ਜੀ ਖਾਣਾ ਕੁਛ? ਆ ਜਾਓ ਆ ਜਾਓ। ਅੱਛਾ ਜੀ ਆਪਾਂ ਪਾਏ ਹਾਂ ਪਹਿਲੇ, ਮੈਂ ਕਿਹਾ ਚਲੋ ਬ੍ਰੇਕਫਾਸਟ ਕਰ ਲਈਏ। ਔਰੰਜ ਜੂਸ ਪੀਂਦੇ? ਔਰੰਜ ਜੂਸ ਨੇ, ਇਹਨੂੰ ਖਾਂਸੀ ਹੈ ਗੰਦਲੀ ਆ। ਚਾਹ ਦਿਆਂਗਾ ਥੋੜ੍ਹਾ। ਐ ਰਿਆਂ ਚਾਹ ਤਾਂ ਪੀਣੀ ਹੈ ਨਾ, ਚਾਹ ਪੀਣੀ ਹੈ ਨਾ। ਦੇਖੋ ਜੀ ਪਾਪਾ ਦੀ ਪੱਗ ਅਤੇ ਮੇਰੀ ਪੱਗ ਸੇਮ ਹੋ ਗਈ ਹੈ। ਮੇਰੇ ਪੁੱਤਰ ਨੇ ਨਾਮ ਤਾਂ ਬੰਨੀ ਸੀ ਹੁਣ, ਪੁੱਤਰਾ ਕੋਈ ਗੱਲ ਨਹੀਂ, ਤੇਰੇ ਦਾਦੂ ਦੀ ਤਾਂ ਮੇਰੀ ਸੇਮ ਸੇਮ ਹੋ ਗਈ ਹੈ ਨਾ। ਦੇਖੋ ਜੀ ਲੇਟ ਪੁੱਜਣ ਦਾ ਇੱਕ ਫਾਇਦਾ ਹੁੰਦਾ, ਤੁਹਾਨੂੰ ਸਪੈਸ਼ਲ ਸਰਵਿਸ ਮਿਲਦੀ ਹੈ ਅਤੇ ਸਿਰਫ ਪੂਰਾ ਖਾ ਲਈ ਅਸੀਂ ਬੈਠੇ ਹੋਏ ਹਾਂ। ਇਹ ਦੇਖੋ ਸਾਰੇ ਸਾਡੇ ਆਸ ਪਾਸ ਫਿਰ ਰਹੇ। ਦਿਆਲ ਤਾਂ ਸਦੀ ਸੁਖ ਦਿਆ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਏ, ਸਤਿਗੁਰ ਹੋਏ ਦਿਆਲ ਬ੍ਰਹਮਾ ਵੇਦ ਕਰੋ
ਮਾਸੇ ਨੂੰ ਮੁਬਾਰਕਬਾਦ ਦੇ ਦੀਏ। ਆ ਜਾ ਮੁਬਾਰਕਬਾਦ। ਨਹੀਂ ਨਹੀਂ ਆ ਦੇਤਾ। ਚਲੋ ਜੀ ਹੁਣ ਲਾਵਾਂ ਹੋ ਗਈਆਂ ਤੇ ਹੁਣ ਚੱਲੀਏ ਥੱਲੇ। ਚਲੋ ਜੀ ਤਾਊ ਜੀ ਨਾਲ ਚੱਲੋ ਨਾ। ਚਲੋ ਥੱਲੇ ਚੱਲੀਏ ਜੀ ਹੁਣ ਕੋਈ ਖਾਣ ਪੀਣ ਕਰੀਏ ਹੁਣ ਕਿਉਂਕਿ ਉਹ ਇੱਥੇ ਹੀ ਹੈ ਸਾਰਾ ਫੰਕਸ਼ਨ ਨਾ ਗੁਰਦੁਆਰੇ 'ਚ ਹੀ ਹੈ। ਪਰ ਤੁਹਾਨੂੰ ਲਾਵਾਂ ਡਨ ਹੋਈਆਂ ਨੇ ਹੁਣ ਆਪਾਂ ਹਾਲ 'ਤੇ ਜਾਵਾਂਗੇ ਖਾਵਾਂਗੇ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ। ਆ ਜਾਓ ਹੁਣ ਆ ਗਏ ਜੀ ਥੱਲੇ। ਹੁਣ ਸ਼ਗਨ ਦੀ ਰਸਮ ਹੈ ਸ਼ਗਨ ਦੇਵਾਂਗੇ।
ਦੇਖੋ ਜੀ ਕਪਲ ਉੱਥੇ ਬੈਠ ਗਏ ਉਹ ਕਿੱਥੇ ਅਤੇ ਹੁਣ ਸਾਰੇ ਇੱਥੇ ਸ਼ਗਨ ਇੱਥੇ ਹੀ ਪਾਵਾਂਗੇ ਅਤੇ ਉਹ ਵਾਰ ਆਪਾਂ ਸਾਰੇ ਚਲਾਂਗੇ ਰੋਟੀ ਖਾਣ ਦੇ। ਆਹ ਮੇਰਾ ਬੱਚਾ ਕਿਆ ਕਰਨਾ ਕੱਲ? ਕੱਲ ਨਹੀਂ ਅਭੀ ਯਹਾਂ ਪੇ ਨਾ ਸ਼ਗਨ ਡਾਲਣਾ, ਠੀਕ ਹੈ? ਆਪ ਦੇਖੋ ਸ਼ਗਨ, ਯੂ ਨੋ ਵਾਟ ਇਜ਼ ਸ਼ਗਨ? ਹਾਂ, ਫਿਰ ਸਭ ਜੋ ਨਿਊਲੀ ਵੈਡ ਕਪਲ ਹੈ ਨਾ ਉਹਨਾਂ ਨੂੰ ਬੱਚੇ ਮਨੀ ਦੇਵਾਂਗੇ, ਮਨੀ ਵਿਦ ਬਲੈਸਿੰਗ ਦੇਵਾਂਗੇ ਵਿਦ ਮਨੀ, ਓਕੇ ਓਕੇ। ਉਹਨੂੰ ਸ਼ਗਨ ਦੇਣ ਦੀ ਲਾਈਨ ਦੱਸਦੇ ਹਾਂ ਜੀ, ਕਿੰਨੀ ਲੰਬੀ ਲੱਗੀ ਦੀ ਹੈ। ਇਹ ਦੇਖੋ ਰਾਜੇ ਅੰਦਰ ਜਾਣਾ, ਇਹ ਸਾਰੀ ਲਾਈਨ ਆ ਜੀ, ਘੱਟਾ ਲੱਗ ਜਾਣਾ ਇਹਨੂੰ ਸ਼ਗਨ ਦਿੰਦੇ ਆ ਗਏ ਜੀ। ਦੁੱਲੇ ਦੇ ਮੰਮੀ ਡੈਡੀ ਅਤੇ ਉਹਨਾਂ ਦੇ ਸਿਸਟਰ ਮਾਸੀ ਸਾਡੀ ਆ ਗਿਆ ਜੀ ਅੰਦਰ ਹੁਣ ਆਪ ਤੇ ਕਿੰਨੀ ਰੋਟੀ ਖਾਲੀ ਹੈ? ਹਾਂ, ਅੱਛਾ ਅੱਛਾ, ਰੋਟੀ ਸਟਾਰਟ ਹੋ ਗਈ ਜੀ, ਰੋਟੀ ਖਾਈਏ। ਪਾਪਾ ਔਰ ਇਹ ਸਾਡੀ ਫੈਮਿਲੀ ਕਿਤੇ ਬੈਠੀ ਦੀ ਹੈ ਜੀ, ਇਹ ਬੈਠੇ ਨੇ, ਆ ਜਾਓ। ਇਹ ਆਪਨੇ ਕਿਆ ਖਾਇਆ ਜੀ, ਸਮਝ ਨਹੀਂ ਆ ਰਹੀ ਹੈ। ਇਹ ਪਾਸਤਾ ਖਾਇਆ? ਤਾਬੂ ਨੇ ਵੀ ਖਾਇਆ? ਮੇਰੇ ਬੱਚੇ ਨੇ ਵੀ ਖਾਇਆ ਪਾਸਤਾ? ਰਿਆਂਸ਼ ਨੇ ਕਿਆ ਖਾਇਆ? ਦੇਖੋ ਜੀ ਆਪਣੇ ਭੈਣ ਭਰਾ ਸਾਰੇ ਬੈਠੇ ਦੇ ਭਰਜਾਈਆਂ। ਇਹ ਦੇਖੋ ਜੀ, ਇਹ ਤੇ ਕੋਲਡ ਡਰਿੰਕ ਹੈ, ਇਹ ਕਿਹੜੀ ਕੋਲਡ ਡਰਿੰਕ ਹੈ? ਇਹ ਚਿੱਟੀ ਵਾਲੀ ਅਮਰ ਬੱਚਾ ਨੈਪਕਿਨ ਲੈਣਾ ਹੈ ਯਾਰ, ਆਪਣਾ ਲਿਆ ਕਰੋ, ਆਪਣਾ ਲਿਆਉਣਾ ਹੁੰਦਾ, ਪਾਪਾ ਕੋਲ ਲੈਣਾ ਹੁੰਦਾ।
ਅੱਛਾ ਮਾਸੀ ਜੀ ਮੁਬਾਰਕਾਂ ਜੀ, ਹੁਣ ਚੱਲਦੇ ਹਾਂ, ਹੁਣ ਸ਼ਾਮੀ ਜਾ ਰਹੇ ਹਾਂ, ਹੁਣ ਸ਼ਾਮ ਨੂੰ ਮਿਲਦੇ ਹਾਂ, ਠੀਕ ਹੈ, ਸ਼ਾਮੀ ਘਰ ਆਉਂਦਾ, ਠੀਕ ਹੈ, ਓਕੇ ਜੀ, ਹੈਂ, ਹਾਂ ਸਾਨੂੰ ਹਾਏ ਕਹਿੰਦੇ ਦੀਦੀ ਚਾਚਾ ਜੀ, ਇਹ ਨਹੀਂ ਵੀਡੀਓ ਬਣ ਰਹੀ ਹੈ ਨਾ, ਵਲੌਗ ਤੇ ਪਏਗਾ, ਤੇ ਸਾਰਿਆਂ ਨੂੰ ਬਾਏ ਹੋ ਜਾਏਗਾ, ਜੀ ਆਪਾਂ ਹੋ ਗਏ ਇੱਥੋਂ ਡਨ, ਹੁਣ ਨਿਕਲੀਏ ਬਾਹਰ ਅਤੇ ਆਪਣੀ ਗੱਡੀ 'ਤੇ ਬੈਠੀਏ ਅਤੇ ਚੱਲੀਏ ਹੁਣ ਘਰ ਆਰਾਮ ਕਰਕੇ, ਅਤੇ ਸ਼ਾਮੀ ਫਿਰ ਡੋਲੀ ਜਿਹੜੇ ਘਰ ਆਏਗੀ, ਫਿਰ ਤੁਹਾਨੂੰ ਮਿਲਦੇ ਹਾਂ ਉੱਥੇ, ਠੀਕ ਹੈ ਮੈਡਮ ਜੀ, ਚੱਲੀਏ, ਤੁਸੀਂ ਆਰਾਮ ਕਰਨਾ ਕਿ ਬਹੁਤ ਥੱਕੀ ਪਈ, ਸਾਰਾ ਕੰਮ ਇਹਨਾਂ ਕੀਤਾ ਜੀ ਅੱਜ, ਚਲੋ ਜੀ ਹੁਣ ਆਪਾਂ ਤੁਹਾਨੂੰ ਡੋਲੀ ਦੱਸਿਆ ਜਿਹੜੇ ਘਰ ਆਏਗੀ, ਠੀਕ ਹੈ ਜੀ, ਚਲੋ ਆ ਜਾਓ, ਆ ਗਏ ਜੀ ਘਰ, ਹੁਣ ਸ਼ਾਮੀ ਡੋਲੀ ਟਾਈਮ ਜਾਵਾਂਗੇ, ਬਹੁਤ ਥੱਗਿਆ ਮਹਾਰਾਜ, ਕੱਲ੍ਹ ਦੇ ਸਫ਼ਰ 'ਤੇ ਆ ਕੇ ਸਿੱਧਾ ਸ਼ਾਮੀ ਨੂੰ ਫੰਕਸ਼ਨ 'ਤੇ ਗਏ ਹਾਂ ਮਹਿੰਦੀ 'ਤੇ, ਫਿਰ ਸਵੇਰੇ ਸਵੇਰੇ ਚਲਾ ਗਿਆ ਵਿਆਹ 'ਤੇ, ਥਕਾਵਟ ਬੜੀ ਹੋਈ ਜੀ, ਲੇਕਿਨ ਕੀ ਕਰੀਏ, ਵਿਆਹ ਵੀ ਅਟੈਂਡ ਕਰਨਾ, ਹੁਣ ਦੇਖੋ ਹੁਣ ਅਗਲੀ ਕਾਰਵਾਈ ਸਟਾਰਟ ਹੋ ਗਈ ਹੈ, ਦੇਖੋ ਟੈਚੀ ਖੁੱਲ੍ਹ ਗਈ ਹੈ, ਹੁਣ ਸ਼ਾਮੀ ਦੇਖ ਸ਼ਾਮ ਦੇ ਕੱਪੜੇ ਪ੍ਰੈੱਸ ਹੋ ਰਹੇ ਹਨ, ਅਤੇ ਸ਼ਾਮੀ ਜਾਣ ਨੂੰ ਆ ਕੇ ਥੱਕੇ ਸਾਂ ਪਗੜੀਆਂ ਉਤਾਰ ਦਿੱਤੀਆਂ, ਕੋਟਮੈਂਟ ਉਤਾਰਤਾ, ਅਤੇ ਮੈਂ ਕਿਹਾ ਚਲੋ ਹੁਣ ਅਗਲੀ ਕਾਰਵਾਈ ਕਰੀਏ, ਤਿੰਨ ਦਿਨ ਪਹਿਲਾਂ ਇਸ ਤਰ੍ਹਾਂ ਨਿਕਲਣ, ਕੱਪੜੇ ਉਤਾਰੋ, ਪ੍ਰੈੱਸ ਕਰੋ, ਫਿਰ ਪਾਓ, ਇਹ ਸਾਡਾ ਬੰਦਾ, ਇਹ ਤਾਂ ਬਹੁਤ ਦਲੇਰ ਆ, ਇਸ ਕੋਲ ਜਿੰਨਾ ਮਰਜ਼ੀ ਕੰਮ ਕਰਾਓ, ਅਤੇ ਉਹਨੇ ਟੈਚੀ ਤੁਸੀਂ ਦੇਖੀ ਤਾਂ ਉਹਨਾਂ ਇਸੇ ਨੇ ਪ੍ਰੈੱਸ ਕਰਨੀ ਹੈ, ਹੈ ਸਾਰਾ ਕੰਮ ਇਸੇ ਨੇ ਕਰਨਾ ਜੀ, ਕੀ ਕਰੀਏ, ਇਹੋ ਜਿਹੀ ਵੋਟੀਆਂ ਹੋਣੀਆਂ ਚਾਹੀਦੀਆਂ ਸਾਰਿਆਂ ਦੀਆਂ, ਜਿਹੜੀਆਂ ਕੰਮ ਕਰਕੇ ਦੇਣ, ਉਹ ਵੀ ਹੁੰਦੀਆਂ ਨੇ, ਇੱਕ ਹੁੰਦੀ ਕੰਮ ਕਰਵਾਉਂਦੀਆਂ ਨੇ, ਤੁਸੀਂ ਕਿਹੜੀ ਹੋ, ਦੋਏ ਹੋ, ਤੁਸੀਂ ਕਿਹੜੇ ਹੋ, ਦੋਨੋਂ, ਅੱਛਾ ਮੈਂ ਸੋਚਿਆ ਖਾਲੀ ਕੰਮ ਕਰਨ ਵਾਲੇ ਹੋ, ਇਹ ਕਰਵਾਉਂਦੇ ਵੀ ਹੋ, ਚਲੋ ਠੀਕ ਹੈ ਜੀ, ਹੁਣ ਦੇਖੋ ਜੀ ਸਾਡੀ ਉਹ ਲੱਗ ਗਈ ਹੈ, ਉਹ ਸਾਡੀ ਪ੍ਰੈੱਸ ਲੱਗ ਗਈ ਆਪਣੇ ਕੰਮ 'ਤੇ, ਅਤੇ ਹੁਣ ਕਰੀਏ ਪ੍ਰੈੱਸ ਜਿਹੜੀ ਅੱਗੇ ਸ਼ਰਟ 'ਤੇ, ਫਿਰ ਤੁਹਾਨੂੰ ਸ਼ਾਮ ਨੂੰ ਮਿਲਦੇ ਹਾਂ ਜੀ, ਸਿੱਧਾ ਮਹਿੰਦੀ 'ਤੇ, ਉਹ ਸੋਰੀ ਡੋਲੀ 'ਤੇ, ਮਹਿੰਦੀ 'ਤੇ ਗੱਲ ਹੋ ਗਈ ਹੈ, ਸਰਦਾਰ ਦੇਖੋ ਮੈਂ ਕਿਹਾ ਥੱਕਿਆ ਜੀ, ਇਹ ਭੁੱਲ ਗਿਆ ਮਹਿੰਦੀ ਹੈਗੀ ਹੈ, ਓਕੇ ਜੀ ਮਿਲਦੇ ਹੈ ਆਪਕੋ ਡੋਲੀ ਕੇ ਟਾਈਮ, ਸ਼ਾਮ ਅਸੀਂ ਹੋ ਗਏ ਰੈਡੀ ਜੀ, ਅਜੇ ਡੋਲੀ ਪਤਾ ਨਹੀਂ ਆਈ ਹੈ ਕਿ ਨਹੀਂ ਆਈ, ਬ੍ਰਦਰ ਮੈਂ ਕਿਹਾ ਤੁਹਾਨੂੰ ਫੋਨ ਕਰਾਂਗਾ 7:30 ਵਜੇ, ਹੁਣ ਆਇਆ ਨਹੀਂ, ਮੈਂ ਅਸੀਂ ਰੇਡੀਓ ਕਰਾਂ ਚੱਸੀ 'ਤੇ ਚੱਲੀਏ, ਕਿਉਂਕਿ ਨਹੀਂ ਆਈ ਦੀ ਹੋਏਗੀ, ਤਾਂ ਅਸੀਂ ਵੈਲਕਮ ਕਰ ਲਾਂਗੇ ਡੋਲੀ ਦਾ, ਉਹ ਦੇਖੋ ਜੀ ਇਹਨਾਂ ਨੂੰ ਸ਼ੈਤਾਨਾਂ ਨੂੰ ਦੁਬਾਰਾ ਕੜੀ ਕੜੀ ਤਿਆਰ ਕਰਨਾ ਬਹੁਤ ਔਖਾ ਕੰਮ ਹੈ, ਹੈਂ ਅਤੇ ਤਾਬੂ ਤੁਹਾਨੂੰ ਕਿਹਨੇ ਤਿਆਰ ਕੀਤਾ, ਮੰਮਾ ਨੇ ਪਾਪਾ ਨੇ, ਨਹੀਂ ਜੀ ਮਾਂ ਨੇ ਕੀਤਾ, ਇਹ ਐਵੇਂ ਪਿਓ ਦਾ ਫੋਨ ਫੜਿਆ ਤਾਂ ਪਿਓ ਕੋ ਕਰੀ ਜਾਂਦਾ, ਚਲੋ ਬਾਏ ਸਤਾਰ ਜੀ, ਚਲੋ ਮੰਮਾ ਪਾਪਾ ਵੀ ਹੋ ਗਏ ਰੈਡੀ, ਹੁਣ ਚੱਲੀਏ ਤਾਂ ਤੁਹਾਨੂੰ ਹੁਣ ਡੋਲੀ ਦੱਸੀਏ, ਹੋਪ ਸੋ ਕਿ ਅਜੇ ਨਾ ਆਏ ਦੇ ਹੁਣ, ਅਤੇ ਅਗਰ ਆਏ ਦੇ ਹੋਏ ਤਾਂ ਫਿਰ ਤਾਂ ਕੋਈ ਗੱਲ ਨਹੀਂ, ਫਿਰ ਤਾਂ ਆਪਾਂ ਦੱਸਾਂਗੇ ਤੁਹਾਨੂੰ ਅੰਦਰ ਜਾ ਕੇ, ਆ ਜਾਓ, ਦੇਖੋ ਜੀ ਹੋ ਗਿਆ ਹਨੇਰਾ, ਪਹਿਲੇ ਆਏ ਸਾਂ ਡੋਲੀ ਅਜੇ ਆਈ ਦੀ ਨਹੀਂ ਸੀ, ਅਸੀਂ ਕਿਤੇ ਬਾਹਰ ਚਲਾ ਗਏ ਹਾਂ, ਫਿਰ ਡੋਲੀ ਆ ਗਈ, ਆਪਾਂ ਹੁਣ ਆਪਾਂ ਪਹਿਲੇ ਜਲਦੀ ਆ ਗਏ ਸਾਂ, ਹੁਣ ਲੇਟ ਹੋ ਗਿਆ, ਫੈਮਿਲੀ ਉਤਾਰਤੀ ਸੀ ਮੈਂ, ਇਹ ਮੇਰੀ ਪੁੱਤਰੀ ਤਾਂ ਮੇਰੇ ਨਾਲ ਹੀ ਸੀ, ਆਈ ਨੇ, ਇਹ ਆਈ ਨੇ, ਕਿੱਧਰ ਗਈ ਹੈ, ਇਹ ਆਈ ਨੇ, ਆ ਜਾਓ ਆ ਜਾਓ, ਸਾਡੇ ਆਉਣ ਤੋਂ ਪਹਿਲੇ ਐਂਟਰੀ ਹੋ ਗਈ ਹੈ, ਆਪਾਂ ਇਹ ਚੀਜ਼ ਮਿਸ ਕਰਤੀ ਹੈ, ਮੈਂ ਦੇਖੋ ਮੈਂ ਕਿਹਾ ਚਲੋ ਪਰ ਆਪਣੀ ਵਾਈਫ ਨੂੰ ਦੇਖ ਲਈਏ, ਕਿਹਨੂੰ ਦੇਖੀ ਇੱਧਰ, ਮੈਂ ਕਿਹਾ ਤੈਨੂੰ ਦੇਖ ਲਈਏ, ਗੁਲਾਬ ਦੇ ਫੁੱਲਾਂ ਨੂੰ, ਅਸੀਂ ਹੋ ਗਏ ਸਾਨੂੰ ਲੇਟ, ਆ ਗਏ ਸਾਨੂੰ
ਅੱਛਾ ਜੀ, ਕੀ ਹੋ ਰਿਹਾ, ਕਿਆ ਹੋ ਰਿਹਾ ਜੀ? ਹਾਂ ਜੀ, ਦੇਖੋ ਜੀ ਪਹਿਲਾਂ ਮਿੱਠਾ ਕੋਈ ਖਿਲਾ ਲੈਣਾ ਨਾ। ਹਾਂਜੀ, ਬ੍ਰਾਈਡ ਪੈਣਾ ਖਿਲਾ ਰਹੀਆਂ, ਮਾਣੀਆਂ ਬਣ ਰਹੀਆਂ। ਹਾਂਜੀ, ਇਹ ਜੀ ਹੁਣ ਮਾਮਾ ਜੀ ਖਿਲਾਵਾਂਗੇ ਕੀ ਕੀ ਇਹ ਗਾਣਾ। ਹਾਂ, ਗਾਣਾ ਰਸਮ ਆ ਗਈ ਜੀ, ਕੰਗਣ ਗਾਣਾ ਜੀ। ਹਮ ਬੜਾ ਟਾਈਮ ਹੋ ਗਿਆ ਯਾਰ, ਸੌਂਕ ਹੋ ਗਿਆ, ਹਮ ਆਪਣਾ ਭੁੱਲ ਗਏ। ਅੱਛਾ, ਪਹਿਲੇ ਗਾਣਾ ਖੋਲਾਂਗੇ ਨਾ। ਕਿੰਨੇ ਨੇ? ਦੋ ਹੈਲਪ ਦੀ ਲੋੜ ਪੈ ਗਈ ਹੈ, ਮੈਂ ਨਹੀਂ ਖੁੱਲਿਆ ਦੂਸਰਾ ਗਾਣਾ ਨਾ। ਮਾਵਾ ਨਹੀਂ ਆ ਰਹੇ, ਕੰਗਣ ਗਾਣਾ ਖਿਲਾਉਣਾ ਸੀ। ਪਕੜ ਲੈ ਪਕੜ ਲੈ
ਕੰਗਨ ਗਾਲਾ ਹੋ ਗਿਆ ਤੇ ਇੱਕ ਗੱਲ ਦੱਸਿਆ ਯਾਰ, ਹਮੇਸ਼ਾ ਕੁੜੀ ਕੋਈ ਜਿੱਦੀ ਹੈ। ਜਿਹੜਾ ਵਿਆਹ ਦਾ ਬੰਦਾ ਦੱਸਿਆ ਮੈਨੂੰ, ਤੁਹਾਡੇ ਵਿਆਹ ਦਾ ਤੁਸੀਂ ਕੌਣ ਜਿੱਤੇ ਸੀ? ਮੇਰੇ ਵਿਆਹ ਤਾਂ ਮੈਂ ਜਿੱਤੇ ਸਾਂ ਬਈ। ਹੈ ਗੁਰੂ ਵੀਆ, ਤੁਸੀਂ ਜਿੱਤੇ ਸੋ? ਤੁਸੀਂ ਭਾਜੀ ਚਲੋ ਪੇਰੈਂਟਸ ਹਨ, ਦੇਖੋ ਜਾਂਦੇ ਜਾਂਦੇ ਮਾਰਾ ਲਾਸਟ ਕਪਲ ਚੱਲਦੀਆਂ ਨੇ। ਇਹ ਸਾਡੇ ਦਾਦਾ ਭਗਤ ਦੀ ਗੱਲਾਂ ਹੋ ਰਹੀਆਂ ਨੇ, ਵਧੀਆ ਵਧੀਆ ਚਲੋ ਜੀ ਪੁਰਾਣੀ ਜ਼ਿਆਦਾ ਜਾਣ ਤੋਂ ਪਹਿਲੇ ਲਾਸਟ ਟਾਕ ਜਿਹੜੀ ਹੁੰਦੀ ਬੜੀ ਘੈਂਟ ਹੁੰਦੀ ਹੈ, ਬਸ ਨਿਕਲ ਲੱਗਿਆ ਬਸ ਲਾਸਟ ਟਾਕ ਹੈ। ਚਲੋ ਓਕੇ ਜੀ, ਹੁਣ ਕਰੋ ਆਰਾਮ ਤੇ ਆਪਾਂ ਵੀ ਚੱਲੀਏ ਸਾਰੇ। ਬਾਏ ਜੀ, ਮਿਲਦੇ ਹਾਂ ਕੱਲ। ਚਲੋ ਜੀ ਹੁਣ ਮੈਂ ਕਿਹਾ ਇੱਥੋਂ ਆਲਮੋਸਟ ਡਨ ਆ, ਰਾਤ ਹੋ ਗਈ ਹੈ ਬੜੀ, ਰੋਟੀ ਖਾ ਲਈ ਹੈ, ਬਸ ਗੱਡੀ ਲੈ ਕੇ ਆਇਆ, ਪਾਰਕ ਕੀਤੀ ਹੈ ਮੈਂ ਕਿਹਾ ਪੇਰੈਂਟਸ ਨੂੰ ਬੋਲੀਆਂ ਚੱਲੀਏ ਘਰ, ਹੁਣ ਰਾਤ ਵੀ ਬੜੀ ਹੈ, ਠੰਡ ਵੀ ਹੋ ਗਈ, ਹੁਣ ਇਹ ਵੀ ਆਰਾਮ ਕਰਨ, ਲੈ ਕੇ ਚੱਲੀਏ ਉਹਨਾਂ ਨੂੰ ਜੀ। ਹਾਂ